ਡਾਂਕੇ 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 MBA ਪਾਸ ਨੇ ਲਾਈ ਡਾਂਕੇ। ਕੀ ਹੋਇਆ ਜਦੋਂ MBA ਪਾਸ ਪੰਜਾਬ ਤੋਂ ਨਿਕਲਿਆ ਡਾਂਕੀ ਰੂਟ ਦੇ ਜ਼ਰੀਏ ਅਮਰੀਕਾ ਲਈ। 28 ਸਾਲ ਦੀ ਉਹਦੀ ਏਜ ਆ ਜੀ। MBA ਕੀਤੀ ਜੀ ਉਹਨੇ ਪਠਾਨਕੋਟ ਤੋਂ। ਹਾਂਜੀ, ਅਤੇ ਇੱਦਾਂ ਹੀ ਬਸ ਬੱਚਾ ਖੁਆ ਕੇ ਬਹਿ ਗਿਆ ਜੀ। ਚਾਂਸਾ ਦਿੱਤਾ ਸਾਨੂੰ, ਮੇਰੇ ਕੋਲ 15 ਲੱਖ ਰੁਪਇਆ ਨਗਦ ਲੈ ਲਿਆ ਜੀ, ਵੀ ਮੈਂ ਪਹਿਲਾਂ ਵੀਜ਼ਾ ਜਿੱਦਣ ਆ ਗਿਆ ਤਾਂ ਕੋਈ 15 ਲੱਖ ਰੁਪਇਆ ਲਾਂਗਾ। ਉਹ ਇਹਨਾਂ ਨੇ ਪਠਾਨਕੋਟ ਆਣ ਕੇ ਘਰੋਂ ਮੇਰੇ ਕੋਲ ਪੈਸੇ ਲਏ ਆ ਜੀ, 15 ਲੱਖ ਰੁਪਇਆ ਜੀ। ਜਵਾਨੀ ਪੰਜਾਬ ਦੀ ਖਾ ਗਿਆ ਜੰਗਲ ਪਨਾਮਾ, ਖਾ ਗਿਆ ਪੰਜਾਬ ਦੀ ਜਵਾਨੀ ਨੂੰ ਪਨਾਮਾ ਦਾ ਜੰਗਲ ਖਾ ਗਿਆ। ਤੁਹਾਡੇ ਲਈ ਭਾਵੇਂ ਇਹ ਗੀਤ ਹੋਵੇ ਪਰ ਇਸ ਪਰਿਵਾਰ ਲਈ ਇੱਕ ਘੋੜਾ ਸੱਚ ਬਣ ਗਿਆ ਏ। ਗੁਰਦਾਸਪੁਰ ਦਾ ਜਗਮੀਤ ਸਿੰਘ MBA ਦੀ ਪੜ੍ਹਾਈ ਪਾਸ ਕੀਤੀ ਪਰ ਸੁਪਨੇ ਸਾਕਾਰ ਕਰਨ ਵਾਸਤੇ ਅਮਰੀਕਾ ਦਾ ਡੰਕੀ ਰੂਟ ਚੁਣ ਲਿਆ। ਇਸਦੇ ਪਿਤਾ ਜਗਿੰਦਰ ਸਿੰਘ ਪਟਵਾਰੀ ਸੀ, ਸੋ ਜਦੋਂ ਰਿਟਾਇਰ ਹੋਏ ਤਾਂ ਇੱਕ ਮੋਟੀ ਰਕਮ ਮਿਲੀ ਸੀ। ਆਪਣੇ ਪੁੱਤ ਦਾ ਭਵਿੱਖ ਸੰਵਾਰਨਾ ਚਾਹੁੰਦੇ ਸੀ। MBA ਕਰਕੇ ਵੀ ਉਸਨੂੰ ਕੈਰੀਅਰ ਦੇ ਵਿੱਚ ਕੋਈ ਖਾਸ ਕਾਮਯਾਬੀ ਨਹੀਂ ਸੀ ਮਿਲੀ ਅਤੇ ਆਖਿਰਕਾਰ ਉਹਨਾਂ ਨੇ ਵੀ ਚੁਣ ਲਈ ਆਪਣੇ ਪੁੱਤ ਲਈ ਉਹ ਰਾਹ ਜੋ ਪੰਜਾਬ ਦੀ ਜਵਾਨੀ ਨੂੰ ਖਾ ਗਏ, ਯਾਨੀ ਕਿ ਡੌਂਕੀ ਦਾ ਸਭ ਤੋਂ ਔਖਾ ਰੂਟ ਪਨਾਮਾ ਰੂਟ। ਪਠਾਨਕੋਟ ਦੇ ਇੱਕ ਏਜੰਟ ਨਾਲ ਗੱਲ ਕੀਤੀ, 45 ਲੱਖ ਰੁਪਏ ਦੇ ਵਿੱਚ ਗੱਲ ਹੋ ਗਈ, ਲਗਭਗ 15 ਲੱਖ ਰੁਪਏ ਕੈਸ਼ ਵੀ ਲੈ ਲਏ। ਇਹ ਕਹਿ ਗਿਆ ਕਿ ਸਭ ਕੁਝ ਬਾਏ ਏਅਰ ਹੋਏਗਾ ਅਤੇ ਮੁੰਡਾ ਸਿੱਧਾ ਪਹੁੰਚੇਗਾ ਅਮਰੀਕਾ। ਗੱਲਾਂ 'ਚ ਆ ਗਏ ਅਤੇ ਮੁੰਡੇ ਨੂੰ ਭੇਜ ਬੈਠੇ ਦੁਨੀਆ ਦੇ ਸਭ ਤੋਂ ਔਖੇ ਡੌਂਕੀ ਰੋਡ, ਯਾਨੀ ਕਿ ਪਨਾਮਾ ਜੰਗਲਾਂ ਦੇ ਰਾਜ। ਇੰਟਰਨੈਟ 'ਤੇ ਅਜਿਹੀਆਂ ਕਈ ਵੀਡੀਓ ਮੌਜੂਦ ਨੇ ਜੋ ਪਨਾਮਾ ਦੇ ਜੰਗਲਾਂ ਦੀਆਂ ਮੁਸ਼ਕਲਾਂ ਨੂੰ ਦੱਸਦੇ ਨੇ। ਇਹਨਾਂ ਵੀਡੀਓ ਦੇ ਜ਼ਰੀਏ ਦੱਸਿਆ ਜਾਂਦਾ ਹੈ ਕਿ ਇਹ ਰਾਹ ਕਿੰਨੀ ਔਖੀ ਹੈ। ਇਸ ਰਾਹ 'ਤੇ ਜਾਣ ਵਾਲਾ ਹਰ ਸ਼ਖਸ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚਦਾ, ਕੋਈ ਉੱਥੇ ਹੀ ਰਹਿ ਜਾਂਦਾ ਅਤੇ ਕੋਈ ਰਾਹ 'ਚ ਹੀ ਜ਼ਿੰਦਗੀ ਗਵਾ ਪੈਂਦਾ ਅਤੇ ਕੋਈ ਹੋ ਜਾਂਦਾ ਹੈ ਲਾਪਤਾ। ਇਹਨਾਂ ਬਦਨਸੀਬਾਂ ਦੀ ਸੂਚੀ 'ਚ ਇੱਕ ਨਾਮ ਹੋਰ ਸ਼ਾਮਲ ਹੋ ਗਿਆ, ਪੰਜਾਬ ਦੇ ਗੁਰਦਾਸਪੁਰ ਦੇ ਨੌਜਵਾਨ ਜਗਮੀਤ ਦਾ। ਇਸ ਪਰਿਵਾਰ ਦੀ ਬਦਨਸੀਬੀ ਦੇਖੋ, ਆਪਣੇ ਪੁੱਤ ਨੂੰ MBA ਪਾਸ ਕਰਵਾ ਲਈ ਪਰ ਕਹਿੰਦੇ ਨੇ ਰੋਜ਼ਗਾਰ ਲੈਣਾ ਬੜਾ ਔਖਾ ਏ। ਕੁਝ ਅਜਿਹਾ ਹੀ ਹੋਇਆ ਇਹਨਾਂ ਦੇ ਨਾਲ ਵੀ, ਜਦੋਂ ਰੋਜ਼ਗਾਰ ਨਹੀਂ ਮਿਲਿਆ, ਜ਼ਿੰਦਗੀ ਦੇ ਵਿੱਚ ਠਹਿਰਾਵ ਨਹੀਂ ਆਇਆ ਤਾਂ ਅਮਰੀਕਾ ਜਾਣ ਲਈ ਉਹ ਰਾਹ ਚੁਣ ਲਈ ਜਿਸ ਰਾਹ ਦਾ ਸਫ਼ਰ ਕਿੱਥੇ ਖਤਮ ਹੋਣਾ ਸੀ ਕਿਸੇ ਨੂੰ ਕੁਛ ਨਹੀਂ ਪਤਾ। ਹੁਣ ਵੀ ਹਰ ਕੋਈ ਇਸ ਉਮੀਦ 'ਚ ਬੈਠਾ ਹੈ ਕਿ ਸ਼ਾਇਦ ਉਹਨਾਂ ਦਾ ਪੁੱਤ ਮੁੜ ਆਵੇ, ਕਿਉਂਕਿ ਪੁੱਤ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਅਤੇ ਏਜੰਟ ਹੱਥ ਪੱਲਾ ਨਹੀਂ ਫੜਵਾ ਰਿਹਾ। ਆਖਿਰਕਾਰ ਪੁਲਿਸ ਕੋਲ ਪਹੁੰਚੇ ਅਤੇ ਕਰਵਾਇਆ ਮੁਕੱਦਮਾ ਦਰਜ। ਹੁਣ ਦੇਖਦੇ ਹਾਂ ਕਿ ਉਸ ਪੁੱਤ ਦਾ ਕੋਈ ਸੁਰਾਗ ਮਿਲ ਪਾਉਂਦਾ ਹੈ ਜਾਂ ਫਿਰ ਨਹੀਂ, ਕਿਉਂਕਿ ਜੋ ਲੋਕ ਇਹਨਾਂ ਦੇ ਨਾਲ ਹੋਰ ਗਏ ਸੀ ਉਹਨਾਂ ਦੇ ਨਾਲ ਸੰਪਰਕ ਕਰਨ 'ਤੇ ਉਹਨਾਂ ਨੇ ਦੱਸਿਆ ਕਿ ਪਨਾਮਾ ਦੇ ਜੰਗਲ 'ਚ ਸਭ ਵੱਖ ਵੱਖ ਹੋ ਗਏ, ਕੌਣ ਪਹੁੰਚਿਆ ਕੌਣ ਨਹੀਂ ਕਿਸੇ ਨੂੰ ਕੋਈ ਖਬਰ ਨਹੀਂ, ਕੋਈ ਖਬਰ ਨਹੀਂ, ਕੋਈ ਖਬਰ ਨਹੀਂ। ਪਰ ਇਸ ਪਰਿਵਾਰ ਨੂੰ ਹੁਣ ਸਬਰ ਨਹੀਂ, ਕਿਉਂਕਿ ਇਹਨਾਂ ਦਾ ਪੁੱਤ ਹਮੇਸ਼ਾ ਲਈ ਲਾਪਤਾ ਹੋਇਆ ਜਾਪਦਾ ਹੈ, ਕਿਉਂਕਿ ਕਈ ਦਿਨਾਂ ਤੋਂ ਕੋਈ ਸੰਪਰਕ
ਨਹੀਂ ਹੋਇਆ। ਉਮੀਦ ਕਰਦੇ ਹਾਂ ਪਰਮਾਤਮਾ ਮਿਹਰ ਕਰੇ ਅਤੇ ਇਹਨਾਂ ਦਾ ਪੁੱਤ ਸਕੁਸ਼ਲ ਮੁੜ ਆਵੇ। ਆਓ ਤੁਹਾਨੂੰ ਦਿਖਾਉਂਦੇ ਹਾਂ ਕੀ ਹੈ ਪੂਰਾ ਮਾਮਲਾ। ਦੈਨਿਕ ਮੇਲ ਪੰਜਾਬੀ ਟੀ ਵੀ ਦੇ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀ ਦੀ ਰਿਪੋਰਟ। ਬੇਟੇ ਦਾ ਨਾਂ ਜਗਮੀਤ ਸਿੰਘ ਹੈ ਜੀ। ਉਹ ਨਵੰਬਰ ਦੇ ਫਸਟ ਗਿਆ ਜੀ, ਜੰਟ ਨੇ ਖੜਿਆ ਇੱਥੋਂ ਮਕੀਰੇ ਦਾ, ਮੈਂ ਉਹਨਾਂ ਦੇ ਹਵਾਲੇ ਕੀਤਾ ਜੀ ਅਤੇ ਉਹ ਲੈ ਗਿਆ ਦਿੱਲੀ ਜੀ। ਦਿੱਲੀ 14-15 ਦਿਨ ਰਹਿ ਕੇ ਫਿਰ ਉਹਦਾ ਵੀਜ਼ਾ ਹੋਇਆ ਜੀ ਗੁਆਨਾ ਦਾ। ਏਜੰਟ ਦੇ ਨਾਲ ਕਿੱਥੋਂ ਦੀ ਗੱਲਬਾਤ ਹੋਈ ਸੀ, ਕਿੰਨੇ ਪੈਸਿਆਂ 'ਚ ਹੋਈ ਜੀ? ਮੇਰੀ ਕੋਈ 45 ਲੱਖ ਰੁਪਇਆ ਦੇਣਾ ਜੀ ਇਹਨੂੰ ਅਤੇ $5,000 ਜਿਹੜਾ ਉਹਨੂੰ ਖਰਚਣ ਵਾਸਤੇ ਦੇਣਾ ਜੀ। ਕਿੱਥੇ ਲੈ ਕੇ ਜਾਣਾ ਸੀ? ਇਹਨੇ ਅਮਰੀਕਾ ਲੈ ਕੇ ਜਾਣਾ ਸੀਗਾ ਜੀ। ਕੀ ਗੱਲ ਹੋਈ ਫਿਰ ਬਾਅਦ 'ਚ? ਬਾਅਦ 'ਚ ਜੀ ਗੁਆਨਾ ਭੇਜਤਾ ਜੀ, ਉੱਥੋਂ ਕੋਲੰਬੀਆ ਭੇਜਤਾ ਜੀ। ਉੱਥੋਂ ਅੱਗੇ ਇਹਨੇ ਵਾਇਆ ਪਨਾਮਾ ਦੇ ਜੰਗਲਾਂ ਥਾਣੀ ਭੇਜਿਆ ਜੀ, ਜੋ ਬੇਟਾ ਸਾਡਾ 19 ਤਰੀਕ ਤੋਂ ਲਾਪਤਾ ਹੈਗਾ ਜੀ। 19 ਦਸੰਬਰ ਲਾਸਟ ਗੱਲ ਕਦੋਂ ਹੋਈ ਤੁਹਾਡੀ? 19 ਦਸੰਬਰ ਨੂੰ ਹੋਈ ਜੀ। ਉਦੋਂ ਬਾਅਦ ਸਾਡੀ ਬੇਟੇ ਨਾਲ ਨਹੀਂ ਗੱਲ ਹੋਈ। ਜੰਟ ਜਿਹੜਾ ਜੀ ਉਹ ਸਾਨੂੰ ਗੱਲ ਨਹੀਂ ਕਰਦਾ ਜੀ, ਉਹ ਕਹਿੰਦਾ ਤੁਹਾਡਾ ਮੁੰਡਾ ਲਾਪਤ ਹੋ ਗਿਆ ਜੀ। ਅਤੇ ਨਾਮ ਉਹਦਾ ਜੰਟ ਹੈਗਾ ਜੀ ਵਿਕਰਮ ਪਰਮਿੰਦਰ ਸਿੰਘ ਪੰਮਾ ਅਤੇ ਉਹਦੀ ਵਾਈਫ ਬਲਵਿੰਦਰ ਕੌਰ। ਜਿਹੜੀ ਜੰਟ ਨਾਲ ਗੱਲ ਹੋਈ ਸੀ, ਕੀ ਗੱਲ ਹੋਈ ਸੀ ਤੁਹਾਡੀ? ਵੀ ਉਹਨਾਂ ਨੇ ਕਿਵੇਂ ਭੇਜਣਾ ਉਹਨੇ ਕਿਵੇਂ? ਕਹਿੰਦਾ ਜੀ ਬਾਈ ਏਅਰ ਭੇਜਣਾ ਜੀ, ਕੋਈ ਕਿਤੇ ਨਹੀਂ ਭੇਜਣਾ ਹੋਰ ਪਾਸੇ ਨੂੰ, ਬਾਈ ਏਅਰ ਹੀ ਭੇਜਾਂਗਾ ਜੀ। ਮੈਂ ਅੱਗੇ ਵੀ ਬੰਦੇ ਭੇਜਦਾ ਜੀ, ਬਾਈ ਏਅਰ ਹੀ ਭੇਜਦਾ ਜੀ। ਅਤੇ ਤੁਹਾਡਾ ਫਸਟ ਜਨਵਰੀ ਤੱਕ ਬੱਚਾ ਜਿਹੜਾ ਅਮਰੀਕਾ ਪਹੁੰਚ ਜਾਏਗਾ ਜੀ। ਪਰ ਸਾਡਾ 19 ਤਰੀਕ ਤੋਂ ਬਾਅਦ ਬੱਚੇ ਨਾਲ ਕਨੈਕਟ ਨਹੀਂ ਹੋਇਆ, ਨਾ ਸਾਡਾ ਏਜੰਟ ਗੱਲ ਕਰਦਾ ਜੀ। ਉਹ ਕਹਿੰਦਾ ਤੁਸੀਂ ਜੋ ਕਰਨਾ ਕਰ ਲਓ, ਬੱਚਾ ਤੁਹਾਡਾ ਲਾਪਤ ਹੋ ਗਿਆ ਜੀ। ਕਿਸ ਬੇਸ ਦੇ ਉੱਤੇ ਭੇਜ ਰਿਹਾ ਸੀਗਾ ਜੀ ਉਹ ਤੁਹਾਡੇ ਬੱਚੇ ਨੂੰ? ਕਹਿੰਦਾ ਜੀ ਉੱਥੇ ਜਾ ਕੇ ਕੰਮ ਲੱਭ ਦਿਆਂਗੇ, ਇਹਨੂੰ ਕੰਮ ਕਰੇਗਾ ਜਾ ਕੇ ਉੱਥੇ ਜੀ। ਲਾਸਟ ਗੱਲ ਤਾਂ ਜਿਹੜੇ ਉਹਦੇ ਨਾਲ ਦੋਸਤ ਜਾਂ ਏਜੰਟ ਦੇ ਨਾਲ ਕਦੋਂ ਗੱਲ ਹੋਈ ਜਾਂ ਉਹਨੇ ਕੋਈ ਦੱਸਿਆ ਜੀ? ਨਹੀਂ ਜੀ, ਮੇਰੀ ਇੱਕ ਬੱਚੇ ਨਾਲ ਗੱਲ ਹੋਈ ਸੀਗੀ ਜੀ। ਉਹ ਕਹਿੰਦਾ ਜੀ ਬੱਚੇ 500-600 ਬੱਚਾ ਸੀਗਾ ਜਿਹੜਾ ਅੱਗੇ ਜਾ ਕੇ ਸਾਰੇ ਨਿਖੜ ਗਏ। ਅਸੀਂ 7-8 ਮੁੰਡੇ ਗਏ ਜਿੱਥੋਂ ਅਤੇ ਸਾਰੇ ਨਿਖੜ ਗਏ, ਇਕੱਲੇ ਇਕੱਲੇ ਹੋ ਗਏ ਜੀ। ਅਤੇ ਜਗਮੀਤ ਦਾ ਨਹੀਂ ਸਾਨੂੰ ਪਤਾ ਜੀ ਵੀ ਉਹ ਕਿੱਥੇ ਹੈਗਾ। ਜਗਮੀਤ ਦੀ ਕਿੰਨੀ ਉਮਰ ਹੈ ਅਤੇ ਕੀ ਉਹਦੀ ਇੱਥੇ? 28 ਸਾਲ ਉਹਦੀ ਏਜ ਹੈ ਜੀ। MBA ਕੀਤੀ ਉਹਨੇ ਪਠਾਨਕੋਟ ਤੋਂ। ਹਾਂਜੀ, ਅਤੇ ਇੱਦਾਂ ਹੀ ਬਸ ਬੱਚਾ ਖੁਆ ਕੇ ਬਹਿ ਗਿਆ ਜੀ। ਝਾਂਸਾ ਦਿੱਤਾ ਸਾਨੂੰ, ਮੇਰੇ ਕੋਲ 15 ਲੱਖ ਰੁਪਇਆ ਨੇ ਨਗਦ ਲੈ ਲਿਆ ਜੀ ਵੀ ਮੈਂ ਪਹਿਲਾਂ ਵੀਜ਼ਾ ਜਿੱਦਣ ਆ ਗਿਆ ਤਾਂ ਕੋਈ 15 ਲੱਖ ਰੁਪਇਆ ਲਾਂਗਾ। ਉਹ ਇਹਨੇ ਮੇਰੇ ਕੋਲ ਪਠਾਨਕੋਟ ਆਣ ਕੇ ਘਰੋਂ ਮੇਰੇ ਉਹ ਪੈਸੇ ਲਏ ਆ ਜੀ, 15 ਲੱਖ ਰੁਪਇਆ ਜੀ। ਚੈੱਕ ਰਾਹੀਂ ਦਿੱਤੇ ਜਾਂ ਕੈਸ਼? ਨਹੀਂ, ਕੈਸ਼ ਦਿੱਤਾ ਜੀ। SBI ਬੈਂਕ 'ਚੋਂ ਮੈਂ ਪੈਸੇ ਕਢਾਏ ਆ ਜੀ। ਮੈਨੂੰ ਰਿਟਾਇਰਮੈਂਟ ਹੋਇਆ ਹਾਂ, ਮੈਨੂੰ ਪੈਸੇ ਮਿਲੇ ਸੀਗੇ ਜੀ। ਇਹ ਪੱਲਾ ਨਹੀਂ ਫੜਾਉਂਦਾ ਸਾਨੂੰ, ਅਜੇ ਤੱਕ ਨਹੀਂ ਪੱਲਾ ਫੜਾਉਂਦਾ ਜੀ। ਇਹਦੇ ਬਾਰੇ ਕੋਈ ਪੁਲਿਸ ਨੂੰ ਤੁਸੀਂ ਕੁਛ ਕਹਿ ਰਹੇ ਹੋ? ਹਾਂ, ਪੁਲਿਸ ਨੂੰ ਆਪਾਂ ਕੰਪਲੇਂਟ ਕੀਤੀ ਜੀ ਪਠਾਨਕੋਟ। ਜੋ ਮਾਨਯੋਗ SSP ਸਾਹਿਬ ਨੇ ਸਾਡੀ ਬੜੀ ਧਿਆਨ ਨਾਲ ਗੱਲ ਸੁਣੀ ਹੈ ਅਤੇ ਮੌਕੇ ਉਹਦੇ ਖਿਲਾਫ਼ ਪਰਚਾ FIR ਕਰਤੀ ਜੀ। ਕੀ ਮੰਗ ਕਰਦੇ ਹੋ ਜੀ ਤੁਸੀਂ? ਅਸੀਂ ਕਰਦੇ ਹਾਂ ਮੰਗ ਵੀ ਸਾਡੇ ਬੱਚਾ ਸਾਨੂੰ ਵਾਪਸ ਕੀਤਾ ਜਾਏ ਅਤੇ ਇਹਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਏ। ਅਤੇ ਹੋਰ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਬੱਚੇ ਇੱਦਾਂ ਨਾ ਭੇਜੋ, ਹੋਰ ਕੀ ਤਾਂ ਹੋਏ ਅਸੀਂ ਬੜੇ ਦੁਖੀ ਹਾਂ ਜੀ, ਸਾਡਾ ਪਰਿਵਾਰ ਜੀ। ਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕੰਪਲੇਂਟ ਦੇ ਰਾਹੀਂ ਕਿ ਵੀ ਇੱਕ ਲੜਕਾ ਜਿਹੜਾ ਜਗਮੀਤ ਸਿੰਘ ਹੈ ਉਹਨੂੰ ਇੱਕ ਏਜੰਟ ਨੇ ਬਾਹਰ ਭੇਜਿਆ ਸੀ ਜੋ ਕਿ ਪਨਾਮਾ ਤੋਂ ਲਾਪਤਾ ਹੋ ਗਿਆ, ਉਹਦੇ ਬਾਅਦ ਉਹਦਾ ਕੋਈ ਟਰੇਸ ਨਹੀਂ ਮਿਲ ਰਿਹਾ।
ਫਿਰ ਇਹਦੇ 'ਚ ਜਿਹੜਾ ਕੰਪਲੇਨੈਂਟ ਸੀ ਜਦੋਂ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਉੱਤੇ ਆਪਾਂ ਜਦੋਂ ਉਹਨੂੰ ਵੇਰੀਫਾਈ ਕੀਤਾ ਤਾਂ ਇਹ ਪਤਾ ਲੱਗਿਆ ਕਿ ਵੀ ਜਿਹੜਾ ਏਜੰਟ ਸੀ ਉਹਦਾ ਨਾਮ ਹੈ ਪਰਮਿੰਦਰ ਸਿੰਘ, ਉਹ ਰਹਿਣ ਵਾਲਾ ਕਾਨਵਾਨ ਗੁਰਦਾਸਪੁਰ ਦਾ, ਨਾਲ ਉਹਦੀ ਪਤਨੀ ਬਲਵਿੰਦਰ ਕੌਰ, ਇਹ ਦੋਨੋਂ ਉੱਥੋਂ ਦੇ ਰਹਿਣ ਵਾਲੇ ਆ। ਅਤੇ ਇਹ ਜਿਹੜਾ ਲੜਕਾ ਹੈ ਜਗਮੀਤ ਸਿੰਘ, ਜਿਹਨੂੰ ਕਿ ਬਾਹਰ ਭੇਜਿਆ ਗਿਆ ਸੀ, ਕਿ ਵੀ ਇਹਦੇ ਜਿਹੜੇ ਆਪਣੇ ਫਾਦਰ ਸਾਹਿਬ ਹੈ ਉਹਨਾਂ ਨੇ ਜਿਹੜਾ ਏਜੰਟ ਨਾਲ ਜਿਹੜਾ ਜੋ ਗੱਲ ਹੋਈ ਸੀ ਉਹਦੇ ਵਿੱਚ ਤਕਰੀਬਨ 15 ਕੁ ਲੱਖ ਰੁਪਇਆ ਕੈਸ਼ ਇਹਨੂੰ ਦੇ ਦਿੱਤਾ ਸੀ, ਅਤੇ ਤਕਰੀਬਨ 50 ਕੁ ਲੱਖ ਰੁਪਏ 'ਚ ਇਹਨਾਂ ਦੀ ਗੱਲ ਹੋਈ ਸੀ ਕਿ ਵੀ ਇਹਨੂੰ ਅਮੈਰੀਕਾ ਆਪਾਂ ਭਿਜਵਾਉਣਾ ਡੋਂਗੀ ਲਗਾ ਕੇ। ਅਤੇ ਇਹ ਜਦਕਿ ਪੂਰਾ ਹੀ ਫਰੋਡ ਕੰਮ ਸੀ, ਕਿਉਂਕਿ ਇਹ ਲੀਗਲ ਵੇ ਨਹੀਂ ਹੈ ਜਾਣ ਦਾ। ਅਤੇ ਇਹਦੇ ਦੌਰਾਨ ਜਿਹੜਾ ਇਹ ਲੜਕਾ ਇਹ ਜਿਹੜਾ ਉਹ ਮਿਸ ਹੋ ਗਿਆ, ਹੁਣ ਇਹ ਬੰਦੇ ਇਹ ਲੜਕੀ ਦਾ ਟਰੇਸ ਵੀ ਨਹੀਂ ਮਿਲ ਰਿਹਾ ਕਿ ਲੜਕਾ ਕਿੱਥੇ ਹੈ। ਇਹ 19/12/2023 ਨੂੰ ਇਹਦੀ ਲਾਸਟ ਗੱਲ ਹੋਈ ਸੀ ਆਪਣੇ ਪੇਰੈਂਟਸ ਨਾਲ, ਉਹਦੇ ਬਾਅਦ ਇਹ ਜਿਹੜਾ ਲੜਕਾ ਹੈ ਮਿਸਿੰਗ ਹੈ। ਅਤੇ ਜਿਹੜਾ 15 ਲੱਖ ਰੁਪਏ ਏਜੰਟ ਨੇ ਲਏ ਇਲੀਗਲੀ ਬਾਹਰ ਭੇਜਣ ਲਈ, ਅਤੇ ਉਹਦੇ ਬਾਅਦ ਲੜਕਾ ਵੀ ਮਿਸਿੰਗ ਹੈ। ਇਹਦੇ ਬਾਅਦ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਇਹ ਜਿਹੜਾ ਏਜੰਟ ਹੈ ਬਲਵਿੰਦਰ ਏਜੰਟ ਹੈ ਪਰਮਿੰਦਰ ਸਿੰਘ ਅਤੇ ਉਹਦੀ ਪਤਨੀ ਬਲਵਿੰਦਰ ਕੌਰ, ਦੋਨਾਂ ਦੇ ਖਿਲਾਫ ਜਿਹੜਾ ਡਿਵੀਜ਼ਨ ਨੰਬਰ 2 ਥਾਣੇ 'ਚ ਮੁਕੱਦਮਾ ਅੰਡਰ ਸੈਕਸ਼ਨ 346 420 ਅਤੇ ਇਮੀਗ੍ਰੇਸ਼ਨ ਐਕਟ ਦਾ 24 ਸੈਕਸ਼ਨ ਦੇ ਤਹਿਤ ਜਿਹੜੀ ਆਪਾਂ ਜਿਹੜੀ ਆ ਉਹ FIR ਰਜਿਸਟਰਡ ਕੀਤੀ ਹੈ। ਅਤੇ ਇਹਨਾਂ ਦੇ ਜਿਹੜੀ ਲੋਕੇਸ਼ਨ ਉੱਥੇ ਰੇਡ ਵੀ ਕਰ ਰਹੇ ਹਾਂ। ਅਤੇ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਵੀ ਇਹ ਬੜਾ ਟਿਪੀਕਲ ਕੇਸ ਆਪਣੇ ਆਪ 'ਚ, ਕਿ ਵੀ ਇੱਕ ਲੜਕਾ ਇੱਥੋਂ ਜਿਹੜਾ ਉਹ ਗਿਆ ਅਤੇ ਅੱਗੇ ਜਾ ਕੇ ਮਿਸਿੰਗ ਹੋ ਗਿਆ ਪਨਾਮਾ ਦੇ ਏਰੀਆ 'ਚ। ਅਤੇ ਇਹ ਬੜੀ ਹੀ ਸੈਂਸਿਟਿਵ ਗੱਲ ਵੀ ਹੈ, ਕਿਉਂਕਿ ਜਿਨ੍ਹਾਂ ਦਾ ਬੱਚਾ ਮਿਸ ਹੋਇਆ ਉਹ ਵੀ ਕਾਫੀ ਇਸ ਚੀਜ਼ ਨੂੰ ਫੀਲ ਕਰਦੇ ਆ ਕਿ ਵੀ ਸਾਡੇ ਬੱਚੇ ਨਾਲ ਸਾਡੀ ਗੱਲ ਨਹੀਂ ਹੋ ਪਾ ਰਹੀ, ਉਹ ਠੀਕ ਹੈ ਕਿਸ ਤਰ੍ਹਾਂ। ਅਤੇ ਪੁਲਿਸ ਨੇ ਤਾਂ ਹੀ ਇਮੀਡੀਏਟਲੀ ਐਕਟ ਕਰਦੇ ਹੋਏ ਮੌਕੇ 'ਤੇ ਹੀ, ਜਦੋਂ ਆਪਣੇ ਕੋਲ ਕੰਪਲੇਂਟ ਆਈ ਇਮੀਡੀਏਟ ਇਨਕੁਆਇਰੀ ਕਰਦੇ ਹੋਏ ਆਪਾਂ ਇੱਥੇ FIR ਲੌਜ ਕਰਤੀ ਹੈ, ਅਤੇ ਤਾਂ ਕਿ ਐਟਲੀਸਟ ਜਿਹੜਾ ਜਿਸਨੇ ਇਹ ਗਲਤ ਕੰਮ ਕੀਤਾ ਉਹਨੂੰ ਉਸਦੀ ਇਹ ਸਜ਼ਾ ਮਿਲੇ। ਉਹਨੂੰ ਆਪਾਂ ਅਰੈਸਟ ਕਰਨ ਲਈ ਟੀਮਾਂ ਵੀ ਸਪੈਸ਼ਲ ਜਿਹੜੀਆਂ ਕੰਡਕਟ ਕੀ ਆਪਣੀਆਂ ਕੰਸਟੀਟਿਊਟ ਕੀਤੀਆਂ, ਜਿਹੜੀਆਂ ਇਹਨਾਂ ਨੂੰ ਅਰੈਸਟ ਕਰਨ ਲਈ ਆਪਾਂ ਭੇਜੀਆਂ, ਅਤੇ ਆਪਾਂ ਜਲਦੀ ਇਹਨਾਂ ਨੂੰ ਅਰੈਸਟ ਵੀ ਕਰ ਲਾਂਗੇ। ਬਾਕੀ ਜਿਹੜੀ ਹੋਰ ਵੀ ਇਹਨਾਂ ਦੇ ਮੁਤਲਕ ਇਮੀਗ੍ਰੇਸ਼ਨ 'ਚ ਜਿਹੜੀ ਸਾਨੂੰ ਕਾਰਵਾਈ ਕਰਨੀ ਪੈਂਦੀ ਏਅਰਪੋਰਟ 'ਚ, ਉਹ ਵੀ ਆਪਾਂ ਕਰ ਰਹੇ ਹਾਂ ਤਾਂ ਕਿ ਇਹ ਕਿਤੇ ਸੱਜੇ ਖੱਬੇ ਭੱਜ ਨਾ ਜਾਣ। ਅਤੇ ਨਾਲ ਹੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਵੀ ਆਪਣੇ ਇਮੀਗ੍ਰੇਸ਼ਨ ਦਾ ਵੀ ਇੱਥੇ ਕੰਮ ਕਰਦੇ ਆ, ਵੀਜ਼ੇ ਵਗੈਰਾ ਲਗਾਉਂਦੇ ਆ, ਅਤੇ ਨਾਲ ਹੀ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੇ ਇੱਛੁੱਕ ਹੈ, ਕਿ ਦੋਨੋਂ ਹੀ ਮਤਲਬ ਇਲੀਗਲ ਕੰਮ ਨਾ ਕਰਨ। ਕਿਉਂਕਿ ਜਿਹੜੇ ਇਮੀਗ੍ਰੇਸ਼ਨ ਦੇ ਇਹਦੇ 'ਚ ਵੀਜ਼ਾਸ ਵਗੈਰਾ ਲਗਾਉਂਦੇ ਆ ਅਤੇ ਆਪਣੇ ਸੈਂਟਰ ਇੱਥੇ ਖੋਲ੍ਹੇ ਹੋਏ ਇਹਨਾਂ ਨੇ ਵੀਜ਼ੇ ਦੇ, ਉਹ ਇਸ ਤਰੀਕੇ ਦੇ ਕੰਮਾਂ 'ਚ ਬਿਲਕੁਲ ਇਨਵੋਲਵ ਨਾ ਹੋਣ। ਕਿਸੇ ਨੂੰ ਵੀ ਭੇਜਣਾ ਲੀਗਲੀ ਭੇਜਣ, ਇਲੀਗਲੀ ਨਾ ਭੇਜਣ, ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਵਕੂਆ ਨਾ ਵਾਪਰੇ ਜਿਹਦੇ 'ਚ ਇਹ ਲੜਕਾ ਮਿਸਿੰਗ ਹੋ ਗਿਆ। ਅਤੇ ਆਪਾਂ ਬਹੁਤ ਸਖ਼ਤ ਐਕਸ਼ਨ ਕਰਾਂਗੇ ਅਗਰ ਸਾਨੂੰ ਅੱਗੇ ਵੀ ਕੋਈ ਇੱਦਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਕਿ ਵੀ ਕਿਸੇ ਨੇ ਆਪਣਾ ਇਹ ਇਮੀਗ੍ਰੇਸ਼ਨ ਦੇ ਆਫਿਸ ਖੋਲ੍ਹ ਕੇ ਅਤੇ ਆਪਣਾ ਇਸ ਤਰੀਕੇ ਨਾਲ ਕਿਸੇ ਨਾਲ ਠੱਗੀ ਠੋਰੀ ਮਾਰੀ ਹੈ, ਜਿਸ ਮੌਜੂਦਾ ਕੇਸ 'ਚ ਇੱਦਾਂ 15 ਲੱਖ ਦੀ ਠੱਗੀ ਮਾਰ ਲਈ ਇਹਨਾਂ ਨੇ, ਅਤੇ ਆਪਾਂ ਇਹ 'ਤੇ ਕਾਫੀ ਸਖ਼ਤ ਐਕਸ਼ਨ ਕਰਾਂਗੇ।